ਨਮਸਕਾਰ ਸਤ ਸ੍ਰੀ ਅਕਾਲ ਆਦab ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇੱਕ ਵਾਰੀ ਫੇਰ ਤੋਂ 90 ਸਾਲ ਦੀ ਬਹੁਤ ਬਹੁਤ ਵਧਾਈ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਇਹ ਸਪੈਸ਼ਲ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆ ਜੀ ਇਹ ਇਸ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕਰਨ ਲੱਗੇ ਆ ਇਸ ਪ੍ਰੋਗਰਾਮ ਦਾ ਨਾਮ ਰੱਖਣ ਲੱਗੇ ਆ ਵੀਜ਼ਾ ਗਾਈਡੈਂਸ ਪ੍ਰੋਗਰਾਮ ਤੁਸੀਂ ਹਰ ਰੋਜ਼ ਆਪਣੇ ਸਵਾਲ ਭੇਜੋਗੇ ਹਰ ਰੋਜ਼ ਇੱਕ ਟੌਪਿਕ ਦੇ ਉੱਤੇ ਆਪਾਂ 15-20 ਮਿੰਟ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਦਾਂ ਓਵਰਸੀਜ਼ ਐਜੂਕੇਸ਼ਨ ਚੱਲਦੀ ਹੈ ਕਿਦਾਂ ਬੱਚੇ ਬਾਹਰ ਜਾਂਦੇ ਆ ਅੱਜ ਬਾਹਰ ਜਾਣਾ ਇੱਕ ਫੈਸ਼ਨ ਬਣ ਚੁੱਕਾ ਹੈ ਅੱਜ ਬਾਹਰ ਜਾਣਾ ਇੱਕ ਜ਼ਰੂਰਤ ਬਣ ਚੁੱਕੀ ਹੈ ਅੱਜ ਬਾਹਰ ਜਾਣਾ ਇੱਕ ਰੋਜ਼ਗਾਰ ਦਾ ਸਾਧਨ ਬਣ ਚੁੱਕਾ ਵੈ ਤੇ ਕੋਸ਼ਿਸ਼ ਕਰਾਂਗੇ ਡੀਪਲੀ ਕਿਦਾਂ ਦੱਸ ਪਾਈਏ ਤੁਹਾਨੂੰ ਕਿ ਇਹਦੇ ਡਿਟੇਲ ਕੀ ਹੈਗੀਆਂ ਅੱਜ ਇੱਕ ਬੱਚਾ ਕਿਉਂ ਬਾਹਰ ਜਾਣਾ ਚਾਹੁੰਦਾ ਵਾ ਇੱਕ 10ਵੀਂ 12ਵੀਂ ਜਿੱਦਾਂ ਹੀ ਬੱਚਾ ਪੜਦਾ ਵਾ 10ਵੀਂ 12ਵੀਂ ਤੋਂ ਬਾਅਦ ਬੱਚੇ ਦਾ ਰੁਝਾਨ ਹੁੰਦਾ ਕਿ ਮੈਂ ਬਾਹਰ ਜਾ ਕੇ ਹੀ ਸੈਟਿੰਗ ਕਰਾਂ ਅੱਜ ਪੰਜਾਬੀ ਸੂਬਿਆਂ ਦੇ ਲੋਕ ਬਾਹਰ ਜਾ ਕੇ ਕਾਮਯਾਬ ਹੋਏ ਆ ਜਿਹੜਾ ਇੱਕ ਖਿੱਚ ਦਾ ਕਾਰਨ ਬਣਿਆ ਹੋਇਆ ਜਿਹਦੇ ਕਰਕੇ ਅੱਜ ਜ਼ਿਆਦਾਤਰ ਬੱਚੇ ਬਾਹਰ ਪੜਨ ਜਾਣਾ ਚਾਹੁੰਦੇ ਆ ਕੀ ਤੁਸੀਂ ਇੱਕ ਸਟੂਡੈਂਟ ਹੋ ਜਾਂ ਇੱਕ ਬੱਚੇ ਦੇ ਮਾਪੇ ਹੋ ਤੁਸੀਂ ਇਹ ਵੀਡੀਓ ਦੇਖਦੇ ਪਿਓ YouTube ਤੇ ਦੇਖਦੇ ਪਿਓ Facebook ਤੇ ਦੇਖਦੇ ਪਿਓ TV ਤੇ ਦੇਖਦੇ ਪਿਓ ਸਾਡਾ ਇਸ ਵੀਡੀਓ ਦਾ ਮਕਸਦ ਇਹ ਆ ਕਿ ਅਸੀਂ ਤੁਹਾਨੂੰ ਗਾਈਡ ਕਰਨਾ ਚਾਹਦੇ ਆ ਅਸੀਂ ਤੁਹਾਨੂੰ ਅਵੇਅਰਨੈਸ ਦੇਣੀ ਚਾਹਦੇ ਆ ਕਿ ਵੀਜ਼ਾ ਕਿਦਾਂ ਲੱਗਦਾ ਕਿਦਾਂ ਔਰ ਵੀਜ਼ਾ ਰਿਫਿਊਜ਼ ਕਿਦਾਂ ਹੁੰਦਾ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਰਹੋਗੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਚੱਲੋਗੇ ਤਾਂ ਵੀਜ਼ੇ ਲੱਗਣਗੇ ਕਿਸੇ ਵੀ ਸਟੇਜ ਦੇ ਉੱਤੇ ਤੁਹਾਨੂੰ ਲੱਗਦਾ ਵਾ ਕਿ ਤੁਹਾਨੂੰ ਕੋਈ ਇਨਫੋਰਮੇਸ਼ਨ ਇਸ ਵੀਡੀਓ ਜ਼ਰੀਏ ਨਹੀਂ ਮਿਲਦੀ ਪੀ ਤੁਸੀਂ ਕੁਝ ਐਕਸਟਰਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਜਦੋਂ ਮਰਜੀ ਆਪਣਾ ਨੰਬਰ ਛੱਡ ਸਕਦੇ ਹੋ ਇਸ ਵੀਡੀਓ ਦੇ ਕਮੈਂਟ ਬਾਕਸ ਤੁਸੀਂ ਰੈਗੂਲਰ ਜੋ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਆਪਣੇ ਸਵਾਲ ਭੇਜੋ ਕੋਸ਼ਿਸ਼ ਹੋਏਗੀ ਤੁਹਾਡੇ ਸਵਾਲ ਨੂੰ ਰੋਜ਼ ਦੀ ਰੋਜ਼ ਅਸੀਂ ਕਲੀਅਰ ਕਰੀਏ ਜੋ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਅੱਜ ਸ਼ੁਰੂ ਕਰਦੇ ਹਾਂ ਓਵਰ ਸੀਜ ਐਜੂਕੇਸ਼ਨ ਉਚੇਰੀ ਸਿੱਖਿਆ ਵਿਦੇਸ਼ਾਂ ਦੇ ਵਿੱਚ ਜਾ ਕੇ ਪੜਨ ਦੀ ਸਿੱਖਿਆ ਕਿਉਂ ਜਾਂਦਾ ਵਾ ਇੱਕ ਸਟੂਡੈਂਟ 20 ਘੰਟੇ ਕੰਮ ਕਰਨਾ ਅਲਾਉਡ ਹੁੰਦਾ ਵਾ ਅੱਜ ਕਿਸੇ ਵੀ ਡਿਵੈਲਪਡ ਕੰਟਰੀ 'ਚ ਤੁਸੀਂ ਜਾਣਾ ਡਿਵੈਲਪਡ ਕੰਟਰੀ ਮੈਂ ਕਿਉਂ ਕਹਿ ਰਿਹਾ ਕਿਉਂਕਿ ਜੇ ਆਪਾਂ ਬਾਹਰ ਜਾਣ ਦੀ ਗੱਲ ਕਰੀਏ ਤਾਂ ਬਾਹਰ ਲੋਕ ਚਾਈਨਾ 'ਚ ਵੀ ਪੜਨ ਜਾਂਦੇ ਆ ਲੋਕ ਰਸ਼ੀਆਜ਼ ਵੀ ਜਾਂਦੇ ਆ ਲੋਕ ਸਿੰਗਾਪੁਰ ਸਾਈਪਰਸ ਹੋਰ ਵੀ ਕਈ ਮੁਲਕਾਂ 'ਚ ਪੜਨ ਜਾਂਦੇ ਆ ਅਸੀਂ ਡਿਵੈਲਪਡ ਕੰਟਰੀ ਦੀ ਗੱਲ ਕਰਦੇ ਪਿਆ ਜਿਦੇ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਕੁਝ ਕੰਟਰੀਆਂ ਜਿਨ੍ਹਾਂ ਕੰਟਰੀਆਂ ਦੇ ਵਿੱਚ ਸਟੂਡੈਂਟ ਨੂੰ 20 ਘੰਟੇ ਕੰਮ ਕਰਨਾ ਅਲਾਉਡ ਹ ਅੱਜ ਜੇਕਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਕਿਸੇ ਡਿਵੈਲਪਡ ਕੰਟਰੀ ਦੇ ਵਿੱਚ ਪੜਨ ਜਾਓਗੇ 20 ਘੰਟੇ ਤੁਹਾਨੂੰ ਕੰਮ ਕਰਨਾ ਲਾਊਡ ਹੈਗਾ ਇਹਨਾਂ 20 ਘੰਟਿਆਂ ਦੇ ਵਿੱਚ ਤੁਸੀਂ ਇੰਨੇ ਪੈਸੇ ਕਮਾ ਲੋਗੇ ਕਿ ਤੁਸੀਂ ਆਪਣੀ ਫੀਸ ਵੀ ਕੱਢ ਸਕਦੇ ਹੋ ਤੁਸੀਂ ਰੋਟੀ ਪਾਣੀ ਦਾ ਖਰਚਾ ਵੀ ਕੱਢ ਸਕਦੇ ਹੋ ਤੁਸੀਂ ਹੋਰ ਵੀ ਜਿਹੜੀਆਂ ਤੁਹਾਡੀਆਂ ਨਿੱਜੀ ਸਹਾਇਤਾਗੀਆਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਆਈਫੋਨ ਲੈਣਾ ਤੁਸੀਂ ਚੰਗੀ ਗੱਡੀ ਲੈਣਾ ਚਾਹੁੰਦੇ ਹੋ ਚੰਗੇ ਕੱਪੜੇ ਲੈਣਾ ਚਾਹੁੰਦੇ ਹੋ ਆਪਣੀ ਜੇਬ ਖਰਚ ਕੱਢਣਾ ਚਾਹੁੰਦੇ ਹੋ ਤੁਸੀਂ ਇਹ 20 ਘੰਟੇ ਦੇ ਦੌਰਾਨ ਕੱਢ ਲੈਂਦੇ ਹੋ ਜਿਹਦੇ ਕਰਕੇ ਅੱਜ ਇੱਕ ਖੇਚ ਦਾ ਕਾਰਨ ਬਣਿਆ ਆ ਵਾ ਅੱਜ ਜਦੋਂ ਇੱਕ ਪਲੱਸ 2 ਪਾਸ ਬੱਚਾ 12ਵੀਂ ਪਲੱਸ ਬੱਚਾ ਜਦੋਂ ਇੱਥੇ 12ਵੀਂ ਤੋਂ ਬਾਅਦ ਬੀਏ ਕਰਦਾ ਵਾ ਬੀਕੋਮ ਬੀਬੀਏ ਕਰਦਾ ਵਾ 5-10000 ਰੁਪਏ ਬੱਚਾ ਮਹੀਨੇ ਦਾ ਘਰੋਂ ਆਪਣੇ ਮਾ ਮਾਪੇ ਕੋਲੋਂ ਖਰਚਾ ਲੈਂਦਾ ਵਾ ਜਿਹਨੂੰ ਪਾਕਟ ਪੈਨੀ ਕਿਹਾ ਜਾਂਦਾ ਵਾ ਇਹੀ ਬੱਚਾ ਜਦੋਂ 12ਵੀਂ ਤੋਂ ਬਾਅਦ ਕੈਨੇਡਾ ਚਲੇ ਜਾਂਦਾ ਵਾ ਅਮਰੀਕਾ ਚਲੇ ਜਾਂਦਾ ਵਾ ਇਹ ਪਹਿਲਾਂ ਤਾਂ ਘਰਦਿਆਂ ਕੋਲੋਂ ਕੋਈ ਪੈਸੇ ਨਹੀਂ ਮੰਗਦਾ ਔਰ ਉੱਥੇ ਇੰਨੇ ਕੁ ਪੈਸੇ ਕਮਾ ਲੈਂਦਾ ਕਿ ਆਪਣੀਆਂ ਜੋ ਵੀ ਉਹਦੀਆਂ ਜ਼ਰੂਰਤਾਂ ਵਾ ਉਹ ਸਾਰੀਆਂ ਜ਼ਰੂਰਤਾਂ ਸਟੂਡ ਜੇਕਰ ਤੁਸੀਂ ਇੱਕ ਬੱਚੇ ਦੇ ਮਾਪਾਪ ਜੇ 12 ਤੋਂ ਬਾਅਦ ਤੁਸੀਂ 5 ਸਾਲ ਦੇ ਵਿੱਚ ਬੱਚੇ ਨੂੰ ਪੜਾਹੀ ਮਸਾ ਖਤਮ ਕਰਾ ਪਾਓਗੇ ਜੇ ਅੱਜ ਤੁਸੀਂ ਇਸੇ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ ਤਾਂ 5 ਸਾਲਾਂ ਦੇ ਵਿੱਚ ਬੱਚਾ ਆਪਣੇ ਪੈਰਾਂ ਤੇ ਆ ਜਾਏਗਾ ਬੱਚਾ ਇੱਕ ਚੰਗਾ ਨਾਗਰਿਕ ਬਣ ਜਾਏਗਾ ਬੱਚਾ ਇੱਕ ਚੰਗਾ ਬਿਜ਼ਨਸਮੈਨ ਬਣ ਜਾਏਗਾ ਬੱਚਾ ਇੱਕ ਚੰਗੀ ਜਗ੍ਹਾ ਨੌਕਰੀ ਕਰਦਾ ਹੋਏਗਾ ਅੱਜ ਤੋਂ 5 ਸਾਲ ਬਾਅਦ ਅਸੀਂ ਸਮਾ ਸੰਭਾਲੀਏ ਸਮੇਂ ਤੋਂ ਵੱਡੀ ਕੋਈ ਦੌਲਤ ਨਹੀਂ ਹੈਗੀ ਤੇ ਸਿੱਖਿਆ ਜਿੰਨੀ ਜ਼ਿਆਦਾ ਵਧੀਆ ਅਸੀਂ ਜਿੰਨੀ ਚੰਗੀ ਸਿੱਖਿਆ ਲਵਾਂਗੇ ਉਹ ਸਾਰੀ ਜ਼ਿੰਦਗੀ ਸਾਡੇ ਕੰਮ ਆਣੀ ਹੈ ਅੱਜ ਜਿਹੜਾ ਰੁਝਾਨ ਹੈਗਾ ਬਾਹਰ ਜਾਣ ਦਾ ਤੇ ਦੋਸਤੋ ਸਿਰਫ ਇਸ ਕਰਕੇ ਹੈਗਾ ਕਿਉਂਕਿ ਪੈਸਾ ਉਹਦੇ ਪਿੱਛੇ ਹੈ ਸਾਰੀਆਂ ਚੀਜ਼ਾਂ ਦੇ ਪਿੱਛੇ ਪੈਸਾ ਲੁਕਿਆ ਹੋਇਆ ਹੈ ਅੱਜ ਸਾਡਾ ਪੰਜਾਬੀ ਸੂਬਿਆਂ ਦਾ ਬੱਚਾ ਬਾਹਰ ਪੈਸੇ ਕਮਾਣ ਜਾਣਾ ਚਾਹੁੰਦਾ ਤੇ ਦੋਸਤੋ ਜਦੋਂ ਪੜ੍ਹਾਈ ਦੀ ਗੱਲ ਕਰਦੇ ਆ ਬਾਹਰ ਜਾਣ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਸਟੂਡੈਂਟ ਨੇ ਜਾਣਾ ਜਾਂਦਿਆਂ ਨੂੰ 20 ਘੰਟੇ ਕੰਮ ਕਰਨਾ ਲਾਊਡ ਹੈ ਤੁਸੀਂ 20 ਘੰਟੇ ਕੰਮ ਕਰਕੇ ਪੈਸੇ ਕਮਾ ਸਕਦੇ ਜੀ ਦੂਸਰੀ ਚੀਜ਼ ਤੁਸੀਂ 2-4-5 ਸਾਲ ਮਿਹਨਤ ਕਰਕੇ ਕੱਲ ਨੂੰ ਪੱਕੇ ਹੋ ਸਕਦੇ ਹੋ ਤੁਸੀਂ ਚੰਗੇ ਵਸਨੀਕ ਬਣ ਸਕਦੇ ਹੋ ਨਾਗਰਿਕਤਾ ਹਾਸਲ ਕਰ ਸਕਦੇ ਹੋ ਤੀਸਰੀ ਚੀਜ਼ ਜਦੋਂ ਤੁਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਹੋ ਤੁਸੀਂ ਚੰਗੀ ਸਿੱਖਿਆ ਲੈਂਦੇ ਹੋ ਤੁਸੀਂ ਗੋਰਿਆਂ ਦੇ ਵਿੱਚ ਬੈਠ ਕੇ ਪੜ੍ਹਦੇ ਹੋ ਤੁਹਾਡੇ ਅੰਦਰ ਹੋਰ ਵੀ ਕਲਚਰ ਡਿਵੈਲਪ ਹੁੰਦੇ ਆ ਤੁਹਾਨੂੰ ਪਤਾ ਲੱਗਦਾ ਤੁਸੀਂ ਇੰਡੀਪੈਂਡੈਂਟ ਹੁੰਦੇ ਹੋ ਬਹੁਤ ਸਾਰੇ ਮਾਪੇ ਪੈ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਉਹ ਬੱਚੇ ਨੂੰ ਪੈਸੇ ਕਮਾਉਣ ਵਾਸਤੇ ਨਹੀਂ ਨਹੀਂ ਭੇਜਣਾ ਚਾਹਦੇ ਉਹ ਚਾਹਦੇ ਬੱਚਾ ਜ਼ਿੰਦਗੀ ਚ ਕੁਝ ਕਾਬਲ ਬਣੇ ਕੁਝ ਸਿੱਖੇ ਤੇ ਦੋਸਤੋ ਜਦੋਂ ਬੱਚਾ ਬਾਹਰ ਪੜਨ ਜਾਂਦਾ ਵਾ ਬੱਚਾ ਪੈਸੇ ਦਾ ਕਮਾਉਂਦਾ ਹੀ ਬਣ ਕਮਾਉਂਦਾ ਕੱਲ ਨੂੰ ਬੱਚਾ ਪੱਕਾ ਵੀ ਹੋ ਜਾਂਦਾ ਬੱਚਾ ਨਾਲ ਦੀ ਨਾਲ ਚੰਗੀਆਂ ਸਿੱਖਾ ਸਿੱਖੀਆਂ ਵੀ ਸਿੱਖਦਾ ਵਾ ਬੱਚਾ ਇੰਡੀਪੈਂਡੈਂਟ ਹੋ ਜਾਂਦਾ ਬੱਚੇ ਨੂੰ ਰੋਟੀ ਬਣਾਣੀ ਆ ਜਾਂਦੀ ਬੱਚੇ ਨੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਚੱਕਣੀਆਂ ਆ ਜਾਂਦੀਆਂ ਹੁਣ ਜਦੋਂ ਪੜ੍ਹਾਈ ਵਾਸਤੇ ਬੱਚਾ ਬਾਹਰ ਗਿਆ ਪਹਿਲਾਂ ਤਾਂ ਦੋਸਤੋ ਪੈਸੇ ਕਮਾ ਲੂਗਾ ਦੂਜਾ ਕੱਲ ਨੂੰ ਪੱਕਾ ਹੋ ਗਿਆ ਤੇ ਮਾਵਾਪਾ ਨੂੰ ਵੀਜ਼ਾ ਮਿਲ ਜੂਗਾ ਭੈਣ ਭਰਾ ਨੂੰ ਵੀਜ਼ਾ ਮਿਲ ਜੂਗਾ ਅਗਲੀ ਚੀਜ਼ ਆਂਦੀ ਹੈ ਵੀਜ਼ੇ ਕਿਦਾਂ ਲੱਗਦੇ ਆ ਤੇ ਵੀਜ਼ੇ ਕਿਦਾਂ ਰਿਫਿਊਜ਼ ਹੁੰਦੇ ਆ ਵੀਜ਼ੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੱਗਦੇ ਵੀ ਇਹ ਵੀਜ਼ੇ ਰਿਫਿਊਜ਼ ਵੀ ਹੁੰਦੇ ਆ ਵੱਖਰੇ ਵੱਖਰੇ ਤਰੀਕੇ ਨਾਲ ਸ਼ਰਤਾਂ ਰੱਖੀਆਂ ਗਈਆਂ ਜਦੋਂ ਅਸੀਂ ਪੜਨ ਜਾਣਾ ਤਾਂ ਦੋਸਤੋ ਚੰਗੇ ਨੰਬਰ ਹੋਣੇ ਚਾਹੀਦੇ ਆ ਬੈਂਡ ਹੋਣੇ ਚਾਹੀਦੇ ਆ ਐਲਸ ਦੇ ਤੁਹਾਡੇ ਮਾਵਾਪਾ ਦੇ ਕੋਲ ਪੈਸੇ ਹੋਣੇ ਚਾਹੀਦੇ ਆ ਇਹ ਪੰਜ ਸੱਤ ਚਾਰਾਂ ਦੀਆਂ ਚੀਜ਼ਾਂ ਹੈਗੀਆਂ ਜਿਹਨੂੰ ਅਸੀਂ ਅਗਲੇ ਐਪੀਸੋਡ ਦੇ ਵਿੱਚ ਜਾਂ ਅਗਲੇ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਹੜੀ-ਕਿਹੜੀ ਚੀਜ਼ ਮਾਇਨੇ ਰੱਖਦੀ ਹੈ ਸਟੂਡੈਂਟ ਵੀਜ਼ਾ ਲੈਣ ਵਾਸਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋ ਵੀਜ਼ਾ ਅਪਲਾਈ ਕੀਤਾ ਵਾ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਵਾ ਤੁਸੀਂ ਰੈਗੂਲਰ ਸਾਡੇ ਆ ਵੀਡੀਓ ਦੇਖੋ ਤੁਹਾਨੂੰ ਚੰਗੀ ਤਰ੍ਹਾਂ ਨੌਲੇਜ ਮਿਲੇਗੀ ਕਿੱਦਾਂ ਤੁਸੀਂ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਇੱਕ ਲੱਗਿਆ ਹੋਇਆ ਵੀਜ਼ਾ ਵੀ ਰਿਫਿਊਜ਼ ਹੋ ਜਾਂਦਾ ਇੱਕ ਰਿਫਿਊਜ਼ ਹੋਇਆ ਵੀਜ਼ਾ ਵੀ ਲੱਗ ਜਾਂਦਾ ਲੋਕ ਬਾਹਰ ਜਾ ਕੇ ਵਾਪਸ ਵੀ ਆ ਜਾਂਦੇ ਆ ਲੋਕ ਇੱਥੋਂ ਜਾ ਕੇ ਬਾਹਰ ਸੈਟਲ ਵੀ ਹੋ ਜਾਂਦੇ ਆ ਤੇ ਦੋਸਤੋ ਇਹ ਸਾਰੀਆਂ ਚੀਜ਼ਾਂ ਅਸੀਂ ਰੋਜ਼ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਰੈਗੂਲਰ ਸਾਡਾ ਇਹ ਪ੍ਰੋਗਰਾਮ ਵਾਚ ਕਰੋ ਅਸੀਂ ਇਹ ਪ੍ਰੋਗਰਾਮ YouTube ਦੇ ਉੱਤੇ ਵੀ ਅਪਲੋਡ ਕਰਾਂਗੇ ਅਸੀਂ ਇਹ ਪ੍ਰੋਗਰਾਮ Facebook ਦੇ ਉੱਤੇ ਵੀ ਅਪਲੋਡ ਕਰਾਂਗੇ ਇਹ ਤੁਸੀਂ ਪ੍ਰੋਗਰਾਮ ਵੱਖਰੇ ਵੱਖਰੇ TV ਚੈਨਲਸ ਦੇ ਉੱਤੇ ਵੀ ਦੇਖੋਗੇ ਤੇ ਜਿੰਨਾ ਤੁਸੀਂ ਅੱਜ ਤੱਕ ਪਿਆਰ ਦਿੱਤਾ ਇੱਕ ਵਾਰੀ ਫੇਰ ਆਓ ਸਾਡੇ ਵੀਡੀਓ ਲਾਈਕ ਕਰੋ ਸਾਡੇ ਵੀਡੀਓ ਸ਼ੇਅਰ ਕਰੋ ਤਾਂ ਜੋ ਹੋਰ ਵੀ ਸਟੂਡੈਂਟ ਨੂੰ ਸਾਰੀ ਜਾਣਕਾਰੀ ਮਿਲ ਜAVE ਕੱਲ ਫਿਰ ਮਿਲਦੇ ਆ ਜੀ ਇੱਕ ਨਵੇਂ ਟੌਪਿਕ ਦੇ ਨਾਲ ਧੰਨਵਾਦ